ਹਾਂਜੀ ਬਾਈ ਜੀ ਕਿਦਾਂ ਲੋ ਬਾਈ ਜੀ ਅੱਜ ਪਕਾ ਰਹੇ ਆ ਫਿਰ ਕੱਟਾ ਤੇ ਨਾਲ ਪਕਾ ਰਹੇ ਆ ਜ਼ਰਦਾ ਚਾਵਲ ਮਾਸ਼ਾਅੱਲਾ ਜੀ ਕੈਸਾ ਬਾਈ ਸਵੇਰ ਸਵੇਰ ਮਾਲਕਾਂ ਦੇ ਵਿੱਚ ਸਿਰ ਹੋ ਗਏ ਆ ਉਹਨਾਂ ਨੇ ਕਹਿੰਦੇ ਲਿਆਓ ਸਮਾਨ ਬਾਈ ਸਾਰਾ ਕੱਢੋ ਬਾਹਰ ਤੇ ਦੇਗਾ ਦੂਗਾ ਆ ਗਈਆਂ ਨੇ ਸਮਾਨ ਬਾਈ ਉਹਨਾਂ ਨੇ ਲਿਆਤਾ ਆਪਾਂ ਨੂੰ ਲੋ ਜੀ ਸਮਾਨ ਵੀ ਲਿਆਂਦਾ ਤੇ ਮਾਲਕ ਵੀ ਆ ਕੇ ਬਾਈ ਚਾਹ ਛਾ ਪੀ ਕੇ ਚੁੱਲ੍ਹੇ ਤੇ ਚਾੜਦੀਆਂ ਨੇ ਦੇਗਾ ਫਿਰ ਲੋ ਸਰਕਾਰ ਹੁਣ ਇਹਦੇ ਚ ਬਾਈ ਜ਼ਰਦਾ ਆਪਾਂ ਚਾਵਲ ਔਰ ਉਸ ਤੋਂ ਬਾਅਦ ਕੱਟਾ ਕੱਟੇ ਦੀ ਦੇਗਾ ਵੀ ਕੁਛ ਰਾਂ ਦਿੱਤੀਆਂ ਨੇ ਕਿਉਂਕਿ ਚੁੱਲ੍ਹੇ ਥੋੜੇ ਸੀਗੇ ਤੇ ਉਸ ਤੋਂ ਬਾਅਦ ਭਾਈ ਦਰਦਾ ਚਾਵਲ ਵੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਚਾਵਲ ਭਾਈ ਉਬਾਲ ਰਹੇ ਆ ਠੀਕ ਹੈ ਜੀ ਤੇ ਮਾਲਕ ਹੁਣੀ ਭਾਈ ਗੋਸ਼ਤ ਦੀ ਤਕਸੀਮ ਵੀ ਕਰ ਰਹੇ ਨੇ ਐ ਆਪਣੇ ਵੀਰ ਭਰਾ ਨੇ ਸਾਰੇ ਠੀਕ ਹੈ ਜੀ ਔਰ ਮਾਸ਼ੱਲਾ ਜੀ ਚਾਵਲਾਂ ਵਾਸਤੇ ਭਾਈ ਚੀਨੀ ਤਿਆਰ ਲੋ ਸਰਕਾਰ ਮਿੱਠੇ ਚਾਵਲ ਚੀਨੀ ਪਾ ਕੇ ਆਏ ਆਏ ਚਸ ਆਏਗੀ ਭਾਈ ਜੀ ਅੱਜ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਤੇ ਭਾਈ ਹੁਣ ਤੁਹਾਨੂੰ ਚੈੱਕ ਕਰਾਉਂਦੇ ਆ ਜ਼ਰਦਾ ਚਾਵਲ ਲਓ ਸਰਕਾਰ ਕਿੱਸਾ ਹੈ ਕਿ ਨਹੀਂ ਫਿਰ ਤੁਸੀਂ ਬਾਈ ਇੱਥੇ ਨਾ ਹੁਣ ਜ਼ਰਦਾ ਚਾਵਲ ਵੇਖ ਲਿਆ ਤੇ ਮਿੱਠਾ ਚਾਵਲ ਵੇਖ ਲਿਆ ਹੁਣ ਤੁਸੀਂ ਮਿੱਠਾ ਮਿੱਠਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਲਓ ਬਾਈ ਇਧਰ ਆ ਗਿਆ ਕੱਟਾ ਕਿੱਸਾ ਫਿਰ ਆ ਗਿਆ ਨਾ ਮੂੰਝ ਪਾਣੀ ਕਿ ਨਹੀਂ ਲਓ ਸਰਕਾਰ ਆਪਾਂ ਏਵੇਂ ਦਾ ਪਕਾਉਨੇ ਆ ਮਾਸ਼ਾ ਅੱਲਾ ਸੋਹਣਾ ਕਰਕੇ ਕਿਸੇ ਤੋਂ ਕੱਟ ਨਹੀਂ ਆਪਾਂ ਵੀ ਠੀਕ ਹੈ ਜੀ ਮਾਸ਼ਾ ਅੱਲਾ ਸੋਹਣਾ ਕੱਟਾ ਬਾਈ ਬਣ ਗਿਆ ਤੇ ਕੰਮ ਆਪਣਾ ਛੋਟਾ ਜਿਹਾ ਸੀਗਾ ਆਰਡਰ ਛੋਟਾ ਜਿਹਾ ਸੀ ਮਾਸ਼ਾ ਅੱਲਾ ਕੰਮ ਬਿਹਤਰੀਨ ਹੋ ਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਲੇ ਆਰਡਰ ਚ ਮਿਲਾਂਗੇ ਇਨਸ਼ਾਅੱਲਾ ਜੀ ਅਸਲਾਮੁਅਲੈਕਮ